ਇਹ ਪਾਣੀ ਪੁੱਜਦਾ ਕਰ ਦਿਓ ਲਓ ਜੀ ਮੱਜੂ ਕੇ ਕਿਹੜੀ ਸਾਈਡ ਆ ਬਾਈ ਮੱਜੂ ਕੇ ਜੀ ਬੱਸ ਸਟੈਂਡ ਵਾਲੀ ਸਾਈਡ ਆ ਔਰ ਇਧਰ ਪੱਠੇ ਵਾਲੀ ਸਾਈਡ ਟੀਮ ਜਿਹੜੀ ਆ ਇਹ ਟੀਮ ਪੁੱਜ ਗਈ ਆ ਮੇਰੇ ਵੀਰੋ ਜੰਟ ਸਰ ਸਹੌਰ ਦੀ ਬਿਲਕੁਲ ਕਹਿੰਦੇ ਵੀ ਸਹਿਜੜਾ ਸਹੌਰ ਜਿਹੜੇ ਆ ਇਹ ਨਾਲ ਨਾਲ ਪਿੰਡ ਨੇ ਬਰਨਾਲੇ ਦਾ ਏਰੀਆ ਮੇਰੇ ਵੀਰੋ ਔਰ ਇਸ ਵੇਲੇ ਇਹ ਪਹਿਲੀ ਕਬੱਡੀ ਕਹਿੰਦੇ ਵੀ ਜੰਡ ਸਰ ਸਹੌਰ ਦੇ ਹਿੱਸੇ ਆਈ ਆ ਚਲੋ ਸ਼ਕੀਨਾ ਹਰੀ ਪੱਟੀ ਦੇ ਵਿੱਚ ਗਲ ਦੇ ਵਿੱਚ ਗਾਨੀ ਅਥਰੀ ਜਵਾਨੀ ਲੋੜਿਆਂ ਦਾ ਜੋਸ਼ ਤੇ ਖਰੋਸ਼ ਠਾਠਾ ਮਾਰਦਾ ਨਾਲ ਹੀ ਕੁਕਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਨੂੰ ਅਸੀਂ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ ਇਹ ਵੀ ਪੁੱਜਣ ਜੀ ਵਾਹ ਪਹਿਲਾ ਪੁਆਇੰਟ ਜਿਹੜਾ ਮੇਰੇ ਵੀਰ ਡੇਢ ਪੁਆਇੰਟ ਆ ਜਿਹੜਾ ਇਹ ਜੰਡ ਸਰ ਸਹੌਰ ਦੇ ਹਿੱਸੇ ਦੇ ਵਿੱਚ ਜੁੜਿਆ ਚੱਲ ਵੀ ਸ਼ਕੀਨਾ ਭਾ ਕਬੱਡੀ ਨੌਜਵਾਨਾਂ ਅੱਗੇ ਤੈਨੂੰ ਚਾਰ ਜਾਫੀ ਡੀਕਦੇ ਆ ਕਿ ਨਹੀਂ ਖੇਡ ਕਬੱਡੀ ਚ ਹੀ ਹੋਰ ਹੋਣੀ ਦੁੱਲੇ ਜਿਹਾ ਨਹੀਂ ਕਿਸੇ ਵਿੱਚ ਜ਼ੋਰ ਹੋਣਾ ਤੇ ਜਾਫੀ ਬਹੁਤੇ ਨੇ ਭਾਵੇਂ ਸੰਸਾਰ ਉੱਤੇ ਫੌਜੀ ਕੋਰਟ ਜਿਹਾ ਨਹੀਂ ਜਾਫੀ ਕੋਈ ਹੋਰ ਹੋਣਾ ਬੜਾ ਯਾਦ ਹਰਜੀਤ ਬਰਾੜ ਆਉਂਦਾ ਓਏ ਨਹੀਂ ਕੋਮਲਾ ਜੀ ਦਾ ਕੋਈ ਤੋੜ ਹੋਣਾ ਇਹ ਮੇਰੇ ਵੀਰੋ ਮੇਜਰ ਆ ਜੀ ਨੂੰ ਟੱਚ ਲਾਇਆ ਝਨੇਰ ਵਾਲਾ ਪ੍ਰਸਿੱਧ ਖਿਡਾਰੀਆਂ ਦਾ ਪੇਂਡੂ ਮੇਰੇ ਵੀਰੋ ਜਿੱਥੋਂ ਦੇ ਪ੍ਰੇਮ ਝਨੇਰ ਵਰਗੇ ਦਿਲਬਰ ਵਰਗੇ ਮਹਾਨ ਖਿਡਾਰੀਆਂ ਦਾ ਪੇਂਡੂ ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਦੀਆਂ ਟੀਮਾਂ ਜਿਹੜੀਆਂ ਇਹਨਾਂ ਨੂੰ ਅਸੀਂ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ ਜੀ ਅਜੇ ਤੱਕ ਟੀਮ ਆ ਜਿਹੜਾ ਕਿਤੇ ਕੋਈ ਦਿਖਾਈ ਨਹੀਂ ਦਿੰਦੇ ਕਿਉਂਕਿ ਆ ਲਾਸਟ ਮੈਚ ਆ ਇਸ ਰਾਊਂਡ ਦਾ ਉਸ ਤੋਂ ਬਾਅਦ ਅਸੀਂ ਜਿਹੜੇ ਕਬੱਡੀ ਓਪਨ ਦੇ ਮੁਕਾਬਲੇ ਸ਼ੁਰੂ ਕਰਾਉਣੇ ਆ ਪਹਿਲਾਂ ਤੁਸੀਂ ਫੋਨ ਕਰਵਾਉਂਦੇ ਹੋ ਸਿਫਾਰਿਸ਼ਾਂ ਪਾਉਂਦੇ ਹੋ ਕਿ ਬਾਈ ਜੀ ਸਾਡੀ ਟੀਮ ਐਂਟਰ ਕਰ ਲਓ ਲੇਟ ਆਉਂਦੇ ਹੋ ਤਾਂ ਵੀ ਐਂਟਰ ਕਰ ਲੈਂਦੇ ਆ ਬਾਅਦ 'ਚ ਤੁਸੀਂ ਗਰਾਊਂਡ 'ਚ ਨਹੀਂ ਆਉਂਦੇ ਚੱਲ ਵੀ ਸ਼ਕੀਨਾ ਲਗਾਤਾਰ ਕਬੱਡੀਆਂ ਪਾਉਂਦਾ ਕਿ ਮੁੰਡਾ ਸੋਹਣਾ ਨਹੀਂ ਕਬੱਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕਾ ਮੁੰਡਾ ਸੋਹਣਾ ਨਹੀਂ ਕਬੱਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕਾ ਕਿ ਤੁੰਮੇ ਹੋਣ ਜੇ ਮਿੱਠੇ ਖਾ ਜਾਣ ਗਿੱਦੜ ਖੇਤ ਚੋਂ ਤੇ ਲਾਲ ਗਵਾਚੇ ਲੱਭਦੇ ਨਹੀਂ ਕਦੇ ਹੁੰਦੇ ਰੇਤ ਚੋਂ ਤੇ ਲੈ ਲਓ ਖੂਬ ਨਜ਼ਾਰੇ ਹੁਸਨ ਤੇ ਅੱਖ ਮਸਤਾਨੀ ਦੇ ਫਿਰ ਯਾਦਾਂ ਬਣ ਕੇ ਰਹਿ ਜਾਂਦੇ ਉਹ ਯੋਧਿਆ ਦਿਨ ਚਾਰ ਜਵਾਨੀ ਦੇ ਫਿਰ ਯਾਦਾਂ ਬਣ ਕੇ ਰਹਿ ਜਾਂਦੇ ਉਹ ਯੋਧਿਆ ਦਿਨ ਚਾਰ ਜਵਾਨੀ ਦੇ ਸਾਂਵਲੇ ਜੇ ਰੰਗ ਦੇ ਵਿੱਚ ਮੇਰੇ ਵੀਰੋ ਜੰਡ ਸਰ ਸਹੌਰ ਦੀ ਤਰਫੋਂ ਇਸ ਵੇਲੇ ਸਮੁੰਦਰ ਜੇ ਕੱਦ ਦੇ ਵਿੱਚ ਇਸ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਅੱਗੇ ਚਾਰ ਜਾਫੀ ਨੇ ਮੇਰੇ ਵੀਰੋ ਮੱਜੂ ਕੇ ਬਿਲਕੁਲ ਟੱਲਿਆਲ ਦੇ ਪੁਲ ਦੇ ਲਾਗੇ ਪਿੰਡ ਪੈਂਦਾ ਮੱਜੂ ਕੇ ਮੇਰੇ ਵੀਰੋ ਔਰ ਇਸ ਵੇਲੇ ਦੇਖਦਾ ਗੱਲ ਕਸੂਤੀ ਹੋ ਗਈ ਮੁੰਡੇ ਨੇ ਖੁੱਚ ਪੱਟ ਲਈ ਆ ਵਾਹ ਨਹੀਂ ਰੀਸਾਂ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਹੁੰਦੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਕੁਕਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਨਾਲ ਹੀ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ ਵਾਹ ਨਹੀਂ ਰੀਸਾਂ ਐਨ ਹੰਦਿਆਂ ਦੇ ਨੇੜੇ ਆ ਕੇ ਟੱਕਰ ਹੋਈ ਮੇਰੇ ਵੀਰੋ ਉਹ ਇਹ ਮੇਜਰ ਹੈ ਮਹਾਨ ਖਿਡਾਰੀ ਹੈ ਯਾਰ ਉਹ ਸਾਰਿਆਂ ਨੂੰ ਬੋਲਦੇ ਵੀ ਕਿਸੇ ਵੀ ਕਲੱਬ ਦਾ ਮੈਚ ਅੱਗੇ ਪਿੱਛੇ ਨਹੀਂ ਕਰਨਾਗਾ ਇਹ ਆਣ ਕੇ ਪਰੇਸ਼ਾਨ ਨਾ ਕਰੋ ਸਾਨੂੰ ਬਾਈ ਜੀ ਨਾ ਕੋਈ ਸਿਫਾਰਿਸ਼ ਚੱਲਦੀ ਇੱਥੇ ਨਾ ਕੋਈ ਆ ਕੇ ਵੈਸੇ ਵੀ ਲਿਹਾਜ਼ਾ ਕੱਢੇ ਜਾਂ ਕੋਈ ਆ ਕੇ ਸਿਫਾਰਿਸ਼ਾਂ ਕਰੇ ਕਿ ਸਾਡਾ ਮੈਚ ਲੇਟ ਕਰ ਦਿਓ ਤੁਸੀਂ ਪਹਿਲਾਂ ਤਾਂ ਫੋਨ ਕਰ ਟੀਮਾਂ ਐਂਟਰ ਕਰਵਾਉਂਦੇ ਹੋ ਅਸੀਂ ਤਾਂ ਵੀ ਐਂਟਰ ਕਰ ਲੈਂਦੇ ਹਾਂ ਤੁਸੀਂ ਯਾਰ ਮੁੜ ਕੇ ਅਸੀਂ ਸਾਦੇ ਗਰਾਊਂਡ 'ਚ ਨਹੀਂ ਆਉਂਦੇ ਜਦੋਂ ਤੁਹਾਡਾ ਮੈਚ ਆ ਜਾਂਦਾ ਕਹਿ ਦਿੰਦੇ ਮੈਚ ਲੇਟ ਕਰ ਦਿਓ ਯਾਰ ਇੱਕ ਤਾਂ ਵੱਜ ਗਿਆ ਇਸ ਤੋਂ ਬਾਅਦ ਹੁਣ ਕਦੋਂ ਖੇਡਣਾ ਦੱਸੋ ਹਜੇ ਵੀ ਕਹਿ ਦਿੰਦੇ ਹੋ ਬਾਈ ਖਿਡਾਰੀ ਆਉਂਦੇ ਆ ਪਿੱਛੇ ਅਸੀਂ ਬਾਈ ਕੋਈ ਮੈਚ ਜਿਹੜਾ ਲੇਟ ਨਹੀਂ ਕਰਨਾ ਇਹ ਧਿਆਨ ਦੇ ਨਾਲ ਸੁਣ ਲਓ ਚਾਹੇ ਪਿੰਡ ਦੀ ਟੀਮ ਆ ਚਾਹੇ ਬਾਹਰਲੀ ਟੀਮ ਆ ਚਾਹੇ ਗੁਆਂਢੀ ਟੀਮ ਆ ਕੋਈ ਵੀ ਆ ਚੱਲ ਵੀ ਸ਼ਕੀਨਾ ਮੈਂ ਫੇਰ ਸੱਦਾ ਦਿੰਦਾ ਜੀ ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਘੱਟੋ ਘੱਟ ਅਸੀਂ 15 ਵਾਜਾਂ ਮਾਰ ਚੁੱਕੇ ਹਾਂ ਖੁਖਰਾਣਾ ਤੇ ਭਗਵਾਨ ਦਾਸ ਲੰਡੇ ਕਲੱਬ ਨੂੰ ਨਾਲ ਹੀ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ ਇਹ ਵੀ ਆਓ ਕਿਰਾਂ ਬਾਈ ਜਲਦੀ ਦੇ ਨਾਲ ਗਰਾਊਂਡਾਂ ਵੱਲ ਨੂੰ ਨਾਲ ਹੀ ਉਸ ਤੋਂ ਅੱਗੇ ਡੇਮਰੂ ਤੇ ਖੋਸਾ ਰਣਧੀਰ ਨਾਲ ਹੀ ਨੱਥੋ ਕੇ ਤੇ ਗੁਰਬਖਸ਼ ਕਲੱਬ ਲੱਗ ਜਾਣਾ ਇਹ ਸਾਰੀਆਂ ਟੀਮਾਂ ਲੰਗੋਟੇ ਕਸ ਕੇ ਨੇੜੇ ਆ ਜਾਣ
ਪਹਿਲੇ ਮੁਕਾਬਲੇ ਦੇ ਲਈ ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੱਡੇ ਦੀਆਂ ਟੀਮਾਂ ਜਿਹੜੀਆਂ ਤਿਆਰੀ ਫੜ ਕੇ ਆ ਜਾਓ ਨੌਜਵਾਨੋ ਗਰਾਊਂਡਾਂ ਦੇ ਬਿਲਕੁਲ ਨੇੜੇ ਆ ਜਾਓ ਕਿਉਂਕਿ ਆ ਮੈਚ ਆ ਜਿਹੜਾ ਸਮਾਪਤ ਹੋਣ ਵਾਲਾ ਕੁਝ ਪਲਾਂ ਦੇ ਬਾਅਦ ਸੋ ਤਾਂ ਕਿ ਫਿਰ ਆਪਾਂ ਜਿਹੜਾ ਕਰਾਊਡ ਖਾਲੀ ਨਾ ਹੋਵੇ ਦਰਸ਼ਕਾਂ ਦੀ ਕਦਰ ਕਰਿਆ ਕਰੋ ਕਲੱਬ ਵਾਲੇ ਵੀਰਾਂ ਦੀ ਕਦਰ ਕਰਿਆ ਕਰੋ ਜਿਨ੍ਹਾਂ ਨੇ ਤੁਹਾਡੇ ਲਈ ਦੋ ਦੋ ਮਹੀਨੇ ਘਰ ਘਰ ਦੇ ਵਿੱਚ ਜਾ ਕੇ ਪੈਸੇ ਇਕੱਠੇ ਕੀਤੇ ਆ ਪ੍ਰਵਾਸੀ ਭਰਾਵਾਂ ਦੀ ਕਦਰ ਕਰੋ ਜਿਨ੍ਹਾਂ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਪੈਸੇ ਭੇਜੇ ਔਰ ਤੁਹਾਡੇ ਲਈ ਇੰਨੇ ਵਧੀਆ ਪ੍ਰਾਈਜ਼ ਰੱਖੇ ਨੇ ਪਰ ਤੁਸੀਂ ਸਮੇਂ ਸਿਰ ਗਰਾਊਂਡ 'ਚ ਨਹੀਂ ਆਉਂਦੇ ਵੀਰ ਚੱਲ ਵੀ ਸ਼ਕੀਨਾ ਵਾਹ ਕਿ ਮੱਥਾ ਟੇਕ ਚੱਲਿਆ ਜਵਾਨ ਰੇਡ ਪਾਉਣ ਲਈ ਤੇ ਅੱਗੇ ਚਾਰ ਜਾਫੀ ਖੜੇ ਗੱਭਰੂ ਨੂੰ ਢਾਉਣ ਲਈ ਬਈ ਅੱਜ ਪਤਾ ਲੱਗੂ ਕਿਹਦੇ ਵਿੱਚ ਕਿੰਨੀ ਜਾਨ ਹੈ ਮੇਜਰ ਹੈ ਵਾਹ ਇਹ ਆ ਮੇਜਰ ਮੇਰੇ ਵੀਰੋ ਇੱਕ ਮੇਜਰ ਗਾਖਲ ਪ੍ਰਸਿੱਧ ਹੈ ਇੱਕ ਮੇਜਰ ਝੜਿਕ ਵਾਲਾ ਪ੍ਰਸਿੱਧ ਹੈ ਸਮਾਂ ਸਮਾਂ ਬਲਵਾਨ ਹੈ ਕਿ ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਸਮਾਂ ਮੇਰੇ ਵੀਰ ਬਲਵਾਨ ਹੈ ਕਬੱਡੀ ਸਮੇਂ ਦੀ ਮੁਹਤਾਜ ਹੈ ਸੋ ਆਓ ਬਾਈ ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਹੈਲੋ ਜਿਨ੍ਹਾਂ ਨੇ ਸਾਨੂੰ ਟੂਰਨਾਮੈਂਟ ਕਮੇਟੀ ਨੂੰ ਮਾਇਆ ਦਾ ਸਹਿਯੋਗ ਦਿੱਤਾ ਅਸੀਂ ਉਹਨਾਂ ਨੂੰ ਸਨਮਾਨ ਕਰਨ ਜਾ ਰਹੇ ਹਾਂ ਉਹ ਜਿਨ੍ਹਾਂ ਦਾ ਅਸੀਂ ਨਾਂ ਲਾਂਚ ਕਰਾਂਗੇ ਉਹ ਆਪਦਾ ਸਨਮਾਨ ਸਟੇਜ ਦੇ ਕੋਲ ਆ ਕੇ ਲੈ ਲੈਣ ਚੱਲ ਵੀ ਸ਼ਕੀਨਾ ਲਓ ਜੀ ਧੱਲੇ ਕੇ ਤੇ ਧੰਨਾ ਸ਼ਹੀਦ ਬੀ ਦਾ ਜਿਹੜਾ ਸੈਮੀ ਫਾਈਨਲ ਹੋਵੇਗਾ ਔਰ ਜਿਹੜਾ ਜੇਤੂ ਟੀਮ ਇਹਨਾਂ ਚ ਹੋਵੇਗੀ ਉਹਨੂੰ 22 ਮਿਲੇਗੀ 22 ਦੇ ਵਿੱਚ ਪੁੱਜ ਜਾਵੇਗੀ ਉਹ ਟੀਮ ਜਿਹੜੀ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਜਾਵੇਗੀ ਜਿਹੜੀ ਟੀਮ ਇਹਨਾਂ ਦੇ ਵਿੱਚ ਜਿੱਤੇਗੀ ਉਹ ਸਿੱਧਾ ਫਾਈਨਲ 'ਚ ਪ੍ਰਵੇਸ਼ ਕਰ ਜਾਣਾ ਉਹਨੇ ਚੱਲ ਵੀ ਸ਼ਕੀਨਾ ਪਾ ਕਬੱਡੀ ਮੱਜੂ ਕਿਆਂ ਵਾਲਾ ਜਿੱਥੇ ਜਸਵਿੰਦਰ ਸਿੰਘ ਨੰਬਰਦਾਰ ਪ੍ਰਸਿੱਧ ਹੈ ਮੇਰੇ ਵੀਰੋ ਉੱਥੇ ਆਹ ਢਾਵੀ ਵੀ ਥੋੜ੍ਹੇ ਸਮੇਂ ਦੇ ਵਿੱਚ ਵਧੀਆ ਖਿਡਾਰੀ ਬਣ ਗਿਆ ਨਾਲ ਹੀ ਖੁਖਰਾਣਾ ਤੇ ਭਗਵਾਨ ਦਾਸ ਕਲੱਬ ਲੰਡੇ ਮੈਂ ਹਰ ਇੱਕ ਇੱਕ ਡੇਢ ਡੇਢ ਮਿੰਟ ਬਾਅਦ ਇਹਨਾਂ ਟੀਮਾਂ ਨੂੰ ਸੱਦਾ ਦੇ ਰਿਹਾ ਪਰ ਕਿਤੇ ਨਜ਼ਰ ਹੀ ਨਹੀਂ ਆਉਂਦੇ ਚੱਲ ਵੀ ਸ਼ਕੀਨਾ ਗੋਰਾ ਨਿਸ਼ੋਰਾ ਰੰਗ ਹੈਲੋ ਆ ਓਪਨ ਟੀਮ ਦਾ ਪਹਿਲਾ ਮੈਚ ਖਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ ਇਹ ਕੱਪੜੇ ਤਾਰ ਕੇ ਗਰਾਊਂਡ ਵਿੱਚ ਆ ਜਾਣ ਕੋਈ ਟੀਮ ਦਾ ਕੋਈ ਇੰਤਜ਼ਾਰ ਨਹੀਂ ਹੋਣਾ ਬਾਈ ਜੀ ਅਸੀਂ ਕੱਟਣ ਲਈ ਮਜਬੂਰ ਹੋਵਾਂਗੇ ਅਸੀਂ ਹਰ ਇੱਕ ਮਿੰਟ ਬਾਅਦ ਜਿਹੜਾ ਆਵਾਜ਼ ਦੇ ਰਹੇ ਹਾਂ ਯਾਰ ਤੁਹਾਡੇ ਕੋਈ ਤੁਸੀਂ ਕਿਤੇ ਵੀ ਨਜ਼ਰ ਹੀ ਨਹੀਂ ਆਉਂਦੇ ਅਸੀਂ ਨਾਲ ਦੀ ਨਾਲ ਕੱਟੀ ਜਾਣੀਆਂ ਟੀਮਾਂ ਬਾਈ ਨਾਲ ਹੀ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ ਵੀ ਆਓ ਕੇ ਨਾ ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ ਦੇਵਰੂ ਤੇ ਖੋਸਾ ਰਣਧੀਰ ਨੱਥੋਕ ਤੇ ਗੁਰਬਖਸ਼ ਕਲੱਬ ਲੰਗੇਣਾ ਨਾਲ ਹੀ ਤੰਬੂ ਮਹਿਲ ਸਪੋਰਟਸ ਕਲੱਬ ਡਗਰੂ ਤੇ ਘੱਲ ਕਲਾ ਇਹ ਉਸ ਤੋਂ ਅੱਗੇ ਗੁਰੂ ਹਰ ਰਾਏ ਕਲੱਬ ਡਗਰੂ ਤੇ ਚਾਂਦਨਵਾ ਨਾਲ ਹੀ ਲੋਡੇ ਤੇ ਝੰਡਿਆਣਾ ਪੱਛਮੀ ਤੇ ਨਾਲ ਹੀ ਗੁਰਜੀਤ ਕਲੱਬ ਚਾਂਦਨਵਾ ਤੇ ਬਘੇਲੇ ਵਾਲਾ ਸੋ ਆਓ ਖੁਖਰਾਣਾ ਤੇ ਭਗਵਾਨ ਦਾਸ ਕਲੱਬ ਲੰਡੇ ਠਾਠ ਕਿਲੋ ਵਾਲੀਆਂ ਟੀਮਾਂ ਬਾਈ ਇਸ ਤੋਂ ਅੱਗੇ ਜਿਹੜਾ ਮੈਚ ਹੋਵੇਗਾ ਉਹ ਧੱਲੇ ਕਿਤੇ ਧੰਨਾ ਸ਼ਹੀਦ ਬੀ ਪੁੱਜ ਜਾਣ ਉਹ ਵੀ ਆ ਜਾਣ ਤੇ ਖੁਖਰਾਣਾ ਤੇ ਭਗਵਾਨ ਦਾਸ ਲੰਡੇ ਪਹਿਲਾਂ ਆਉਣ ਜੀ ਅਸੀਂ ਇਹਨਾਂ ਨੂੰ ਸੱਦਾ ਦੇ ਰਹੇ ਹਾਂ ਬਾਰ ਬਾਰ ਸਿਰਫ 2 ਮਿੰਟ ਦੀ ਕਾਲ ਆ ਬਾਈ ਨੋਟ ਕਰ ਲਿਆ ਟਾਈਮ ਜਿਹੜਾ ਪ੍ਰਬੰਧਕਾਂ ਨੇ ਖੁਖਰਾਣਾ ਤੇ ਲੰਡਿਆਂ ਦਾ ਜੇ ਨਹੀਂ ਆਉਂਦੇ ਤਾਂ ਟੀਮਾਂ ਬਾਈਪਾਸ ਬਾਈ ਇੱਧਰੋਂ ਹੀ ਮੁੜ ਜਾਓ ਜਿੱਥੇ ਖੜੇ ਆ ਚੱਲ ਵੀ ਸ਼ਕੀਨਾ
वाह के टक्कर होगी शेरां दी, खड़ के देखू कुल जमाना ते जैमल वाला कप ओही जितणगे जिन्हां दे डौलियां पट्टां विच जाना, कप ओही जितणगे जिन्हां दे डौलियां पट्टां विच जाना। चल शकीना पाक वड्डी वादो गबरूआ नहीं रिसा, आओ खुखराणा ते भगवान दास लंडे। यार बहुत माड़ी गल आ खिडारियो, इन्निया आवाजा दे बावजूद यार टीम अजे किते भी कोई रिस्पोंस नहीं दे रहे, तुसी किते भी नजरी नहीं आ रहे, बहुत माड़ी गल आ। ए कोई स्पोर्ट्समैनशिप नहीं हैगी, हजे कह दिंदे आ साडी देण आ कबड्डी नूं, कबड्डी नूं अपनी की देण आ यार, आपां नूं कबड्डी दिंदी आ, आपां कमा रहे आ कबड्डी दे विचों, पैसा दे रही है कबड्डी आपां नूं, पता नहीं किल्लियां घरां दे चुल्हे बलदे आ अज कबड्डी दे करके। ਕੁਗਰਾਣਾ ਤੇ ਭਗਵਾਨ ਦਾਸ ਲੰਡੇ ਨੂੰ ਸਾਡਾ ਆਖਰੀ ਸੱਦਾ ਬਾਈ, ਧੰਨਾ ਸ਼ਹੀਦ ਤੇ ਧੱਲੇ ਕੇ ਆਓ ਗਰਾਵਾ। ਮੇਜਰ ਦੇ ਨਾਲ ਫੇਰ ਪੰਗਾ ਪੈ ਗਿਆ, ਹੰਦਿਆਂ ਦੇ ਨੇੜੇ ਆ ਕੇ ਟੱਕਰ ਹੋ ਗਈ ਹੈ, ਪਰ ਤਰਸੇਮ ਨਹੀਂ ਮੰਨਦਾ ਮੇਰੇ, ਸੋਰੀ ਰੁਪਿੰਦਰ ਨਹੀਂ ਮੰਨਦਾ ਸੰਦੌੜ ਵਾਲਾ। ਹਾਂਜੀ ਸਖਚਿਆਣ ਵੀਰੇ, ਨਾਲ ਦੀ ਨਾਲ ਜਿਹੜੇ ਮਾਨ ਸਨਮਾਨ ਸਟੇਜ ਦੇ ਉੱਤੋਂ ਸ਼ਖਸੀਅਤਾਂ ਦੇ ਆਪਾਂ ਕਾਰਨ ਜਾ ਰਹੇ ਹਾਂ, ਜਿਸ ਤਰ੍ਹਾਂ ਵੀ ਨਾਂ ਬੋਲੇ ਜਾਣਗੇ ਪਲੀਜ਼ ਸਾਰੇ ਮਾਣਯੋਗ ਸਾਡੇ ਸਤਿਕਾਰਯੋਗ ਵੀਰ ਆਪਣੇ ਮਾਣ ਸਨਮਾਨ ਆ ਕੇ ਸਟੇਜ ਤੋਂ ਲੈ ਲਓ ਮੇਰੇ ਵੀਰ। ਸਹਿਚੈਨ ਵੀਰ ਇੱਕ ਵਾਰੀ ਟੀਮਾਂ ਬੁਲਾ ਲਓ, ਤੁਸੀਂ ਬੁਲਾ ਰਹੇ ਹਾਂ ਜੀ, ਬਾਰ ਬਾਰ ਆਵਾਜ਼ਾਂ ਦੇ ਰਹੇ ਹਾਂ। ਖੁਗਰਾਣਾ ਤੇ ਭਗਵਾਨ ਦਾਸ ਲੰਡੇ, ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ, ਡੇਮਰੂ ਤੇ ਖੋਸਾ ਰਣਧੀਰ, ਇਹ 6 ਦੀਆਂ 6 ਟੀਮਾਂ ਚੋਂ ਕੋਈ ਟੀਮ ਨਜ਼ਰੀ ਨਹੀਂ ਆਉਂਦੀ। ਨਾਲ ਹੀ ਧੱਲੇ ਕੇ ਤੇ ਧੰਨਾ ਸ਼ਹੀਦ ਵੀ ਪੁੱਜਣ ਬਾਈ, ਸੈਮੀ ਫਾਈਨਲ ਮੁਕਾਬਲਾ ਕਬੱਡੀ 68 ਕਿਲੋ ਦਾ। ਚੱਲ ਵੀ ਸ਼ਕੀਨਾ ਪਾ ਕਬੱਡੀ ਮੱਝੂਕਿਆਂ ਵਾਲਿਆਂ ਨੌਜਵਾਨ। ਹੈਲੋ, ਹਾਂਜੀ ਸਖਚੈਨ ਵੀਰੇ, ਜਿਨ੍ਹਾਂ ਨੇ 5100 ਰੁਪਏ ਦਾ ਮਾਣ ਸਨਮਾਨ ਆਪਾਂ ਨੂੰ ਦਿੱਤਾ, ਉਹਨਾਂ ਪਰਿਵਾਰਾਂ ਦੇ ਮਾਣ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਸਟੇਜ ਦੇ ਉੱਤੋਂ, ਸਾਡੀ ਸਮੁੱਚੀ ਗ੍ਰਾਮ ਪੰਚਾਇਤ, ਸਮੁੱਚੀ ਟੂਰਨਾਮੈਂਟ ਕਮੇਟੀ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਾਡੇ ਨਗਰ ਨਵਾ ਦੇ ਵੱਲੋਂ ਮਾਣ ਜਿਹੜੇ ਉਹਨਾਂ ਵੀਰਾਂ ਦੇ ਹੋ ਰਹੇ ਨੇ, ਮੈਂ ਬੇਨਤੀ ਕਰੂੰਗਾ। ਧੰਨਾ ਸ਼ਹੀਦ ਤੇ ਧੱਲੇ ਕੇ ਆਓ ਬਾਈ, ਜੇ ਨਹੀਂ ਆਉਂਦੇ ਤਾਂ ਅਸੀਂ ਟੀਮ ਜਿਹੜੀ ਕੱਟ ਕੇ ਤੇ ਇਹਨਾਂ ਦੇ ਵਿੱਚੋਂ ਜੇਤੂ ਨਾਲ ਖੜਾ ਦੇਵਾਂਗੇ, ਕਿਉਂਕਿ ਦਰਸ਼ਕ ਵੀਰ ਯਾਰ ਪਤਾ ਨਹੀਂ ਕੀ ਕੀ ਆਪਦੇ ਵਿਚਾਰੇ ਕੰਮ ਛੱਡ ਕੇ ਆਏ ਆ, ਤੁਸੀਂ ਕੋਈ ਕਦਰ ਹੀ ਨਹੀਂ ਕਰਦੇ ਇਹਨਾਂ ਦੀ। ਹਾਂਜੀ ਚੱਲ ਵੀ ਗੱਭਰੂ, ਖੁਖਰਾਣਾ ਤੇ ਭਗਵਾਨ ਦਾਸ ਕਲੱਬ ਲੰਡੇ, ਜੇ ਨਹੀਂ ਆਉਂਦੇ ਤਾਂ ਬਾਈ ਤਾਂ ਵੀ ਦੱਸੋ ਯਾਰ, ਅਸੀਂ ਟੀਮ ਕੱਟ ਕੇ ਅਗਲੇ ਮੈਚ ਸ਼ੁਰੂ ਕਰਾਈਏ। ਗੁਰਜੀਤ ਕਲੱਬ ਚਾਂਦਨਾਵਾਂ ਤੇ ਬਘੇਲੇ ਵਾਲਾ, ਰੱਜੀ ਵਾਲਾ ਤੇ ਖੋਸਾ ਰਣਧੀਰ ਕਲੱਬ, ਡੇਮਰੂ ਤੇ ਖੋਸਾ ਰਣਧੀਰ, ਨੱਥੋ ਕੇ ਤੇ ਗੁਰਬਖਸ਼ ਕਲੱਬ ਲੰਘਿਆਣਾ। ਹਾਂਜੀ ਸੰਤੀਸ਼ ਕੁਮਾਰ ਜੀ ਸਾਡੇ ਡੀਪੂ ਵਾਲੇ ਸੱਜਣ, ਪਲੀਜ਼ ਜਾ ਕੇ ਆਪਣਾ ਸਟੇਜ ਤੋਂ ਮਾਣ ਸਨਮਾਨ ਲੈ ਲਓ, ਉਹਨਾਂ ਦੇ ਵੱਲੋਂ 5100 ਰੁਪਏ ਦਿੱਤਾ ਗਿਆ। ਉਸ ਤੋਂ ਅੱਗੇ ਸਰਦਾਰ ਮਨਜੀਤ ਪਾਲ ਸਿੰਘ ਜੀ, ਪਲੀਜ਼ ਵੀ ਆ ਕੇ ਆਪਣਾ ਮਾਣ ਸਨਮਾਨ ਜਿਹੜਾ ਸਟੇਜ ਤੋਂ ਪ੍ਰਾਪਤ ਕਰ ਲੈਣ, ਬੜੀ ਮਿਹਰਬਾਨੀ ਹੋਵੇਗੀ। ਸਵਰਗ ਵਾਸੀ ਸਰਦਾਰ ਚਮਕੌਰ ਸਿੰਘ ਜੀ, ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਹੋਵੇ ਤਾਂ ਪਲੀਜ਼ ਉਹ ਵੀ ਆ ਕੇ, ਬਾਈ ਕੁਲਦੀਪ ਜੀ ਆਓ ਜੀ। ਇੱਕ ਮਿੰਟ ਜੀ ਵੀਰੇ, ਆ ਓਪਨ ਟੀਮ ਆ, ਹੱਥ ਖੜਾ ਕਰਕੇ ਦੱਸੋ ਓਪਨ। ਉਸ ਤੋਂ ਅੱਗੇ ਸਰਦਾਰ ਨੱਥੋ ਕੇ ਆ ਸਰਦਾਰ ਅਵਤਾਰ ਸਿੰਘ ਜੀ ਤਾਰੀ, ਪਲੀਜ਼ ਉਹ ਵੀ ਆਪਣਾ ਮਾਣ ਸਨਮਾਨ ਲਓ ਜੀ। ਉਸ ਤੋਂ ਅੱਗੇ ਸਰਦਾਰ ਗੱਬਰ ਸਿੰਘ ਜੀ, ਸਰਦਾਰ ਗੱਬਰ ਸਿੰਘ ਜੀ ਪਲੀਜ਼ ਆ ਕੇ ਆਪਣਾ ਮਾਣ ਸਨਮਾਨ ਵੀਰ ਜੀ ਲਓ, ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ, ਮਾਣ ਸਨਮਾਨ ਕੀਤੇ ਜਾ ਰਹੇ ਆ। ਹਾਂਜੀ ਗੱਬਰ ਸਿੰਘ ਜੀ ਪਲੀਜ਼ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਲਓ ਜੀ ਸਟੇਜ ਤੋਂ। ਉਸ ਤੋਂ ਅੱਗੇ ਰਾਜਾ ਸਿੰਘ ਸਾਨਵ ਕਰਨੈਲ ਸਿੰਘ ਜੀ, ਰਾਜਾ ਸਿੰਘ ਸਾਨਵ ਕਰਨੈਲ ਸਿੰਘ ਜੀ ਆਓ ਜੀ, ਤੁਹਾਡਾ ਵੀ ਮਾਣ ਸਨਮਾਨ ਜਿਹੜਾ ਕਰਨਾ। ਉਸ ਤੋਂ ਅੱਗੇ ਦਿਨੇਸ਼ ਸ਼ਰਮਾ ਜੀ, ਦਿਨੇਸ਼ ਸ਼ਰਮਾ ਜੀ ਆਓ ਜੀ ਪਲੀਜ਼। ਉਸ ਤੋਂ ਅੱਗੇ ਸਵਰਗਵਾਸੀ ਨਿਰਮਲ ਸਿੰਘ ਜੀ, ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਹੋਵੇ ਤਾਂ ਪਲੀਜ਼ ਉਹ ਆ ਕੇ ਆਪਣਾ ਮਾਣ ਸਨਮਾਨ ਲਵੇ। ਉਸ ਤੋਂ ਅੱਗੇ ਸਰਦਾਰ ਪਰਮਜੀਤ ਸਿੰਘ ਜੀ ਫੌਜੀ,
ਉਹਨਾਂ ਦੇ ਵੱਲੋਂ ਵੀ ਸ਼ੀਤ ਤੱਲੇ ਕੇ ਆਓ ਬਾਈ ਧੰਨਾ ਸ਼ੀਤ ਤੇ ਧੱਲੇ ਕੇ ਸੈਮੀ ਫਾਈਨਲ ਮੁਕਾਬਲਾ ਜੇ ਇੱਕ ਟੀਮ ਆ ਗਈ ਦੂਜੀ ਨਹੀਂ ਲੇਟ ਆਉਂਦੀ ਆ ਤਾਂ ਬਾਈ ਅਸੀਂ ਜੇਤੂ ਦੇ ਕੇ ਨਾਲ ਫਾਈਨਲ ਕਰਾ ਦੇਣਾ ਇਹਨਾਂ ਦੇ ਵਿੱਚ ਜੇਤੂ ਦੇ ਨਾਲ ਕਿਉਂਕਿ ਆਹ ਮੈਚ ਖੇਡ ਕੇ ਸਾਡੇ ਕੋਲ ਤਿੰਨ ਟੀਮਾਂ ਰਹਿ ਜਾਣੀਆਂ 68 ਕਿਲੋ ਦੀਆਂ ਇੱਕ 22 ਚ ਔਰ ਦੋ ਟੀਮਾਂ ਦਾ ਜਿਹੜਾ ਮੁਕਾਬਲਾ ਅਸੀਂ ਕਰਾ ਕੇ 22 ਵਾਲੀ ਟੀਮ ਦੇ ਨਾਲ ਫਾਈਨਲ ਮੁਕਾਬਲਾ ਕਰਾ ਦੇਣਾ ਨਾਲ ਹੀ ਬਾਈ ਖੁਖਰਾਣਾ ਤੇ ਭਗਵਾਨ ਦਾਸ ਲੰਡੇ ਅਸੀਂ ਕੱਟਣ ਜਾ ਰਹੇ ਹਾਂ ਜੇ ਕਿਤੇ ਆਏ ਆ ਤਾਂ ਹੱਥ ਖੜਾ ਕਰੋ ਦੋਨਾਂ ਚੋਂ ਇੱਕ ਟੀਮ ਵੀ ਆਈ ਆ ਤਾਂ ਖੁਖਰਾਣਾ ਹੱਥ ਖੜਾ ਕਰੋ ਜੇ ਆਏ ਹੋ ਭਗਵਾਨ ਦਾਸ ਲੰਡੇ ਹੱਥ ਖੜਾ ਕਰੋ ਜੇ ਆਏ ਹੋ ਕਿਤੇ ਵੀ ਯਾਰ ਕੋਈ ਨਜ਼ਰ ਹੀ ਨਹੀਂ ਆਉਂਦਾ ਬਾਈ ਟੀਮਾਂ ਕੱਟ ਦੇਣੀਆਂ ਬਸ ਦੋਨੇ ਇਹ ਜਿੰਨਾ ਚਿਰ ਇੱਕ ਦੋ ਨੂੰ ਕੱਟਦੇ ਨੀ ਉਹਨਾਂ ਚਿਰ ਆਉਣਾ ਨੀ ਬਾਈ ਬਖਤੋਰੇ ਮਾਰੋ ਝਰੀਟ ਵੀਰੇ ਧੰਨਾ ਸ਼ਹੀਦ ਤੇ ਧੱਲੇ ਕੇ ਧੰਨਾ ਸ਼ਹੀਦ ਤੇ ਧੱਲੇ ਕੇ ਆਓ ਕਿਹਾ ਇੱਕ ਮਿੰਟ ਦੇ ਅੰਦਰ ਅੰਦਰ ਆ ਗਏ ਹਾਂਜੀ ਕਲੱਬਾਂ ਦੀਆਂ ਟੀਮਾਂ ਖਿਡਾਰੀ ਵੀਰੋ ਬਾਈ ਜੀ ਸਕਰੈਚ ਜਿਹੜੀਆਂ ਹੋ ਜਾਣੀਆਂ ਕੱਟਣ ਲੱਗੇ ਸੀ ਟੀਮਾਂ ਕਿਉਂਕਿ ਟੀਮਾਂ ਦੀ ਗਿਣਤੀ ਬਹੁਤ ਵੱਡੀ ਹੈ ਬਾਈ ਜੀ ਜੇਕਰ ਤੁਸੀਂ ਨਹੀਂ ਆਉਂਦੇ ਗਰਾਊਂਡ 'ਚ ਤਾਂ ਤੁਹਾਡੀਆਂ ਟੀਮਾਂ ਸਕਰੈਚ ਹੋ ਜਾਣੀਆਂ ਚੈਣੇ ਵੀਰੇ ਇੱਕ ਵਾਰੀ ਸਾਰੀਆਂ ਟੀਮਾਂ ਬੁਲਾ ਲਓ ਜਿਹੜੀ ਨਹੀਂ ਆਉਂਦੀ ਬਾਈ ਜੀ ਸਕਰੈਚ ਕਰ ਦਿਓ ਰੈਫਰੀ ਸਾਹਿਬ ਜੀ ਰੈਫਰੀਆਂ ਨੂੰ ਪੂਰਾ ਅਧਿਕਾਰ ਬਾਈ ਜੀ ਜੇਕਰ ਰੁਪਿੰਦਰ ਨਹੀਂ ਆਉਂਦੀ ਵੀਰੇ ਕੋਈ ਗੱਲ ਨਹੀਂ ਵੀਰੇ ਮਾਰ ਦੇ ਵਿਸਲ ਸਖਚੈਨ ਵੀਰੇ ਬੁਲਾਓ ਕਬੱਡੀ ਓਪਨ ਬਾਕੀ ਬਾਈ ਜੀ ਅਸੀਂ ਬੇਨਤੀ ਕਰਦੇ ਹਾਂ ਟੂਰਨਾਮੈਂਟ ਕਮੇਟੀ ਵੱਲੋਂ ਜਿਨ੍ਹਾਂ ਵੀਰਾਂ ਨੇ ਸਾਨੂੰ 1500 ਤੋਂ ਲੈ ਕੇ 2100 ਰੁਪਏ ਤੱਕ 5100 ਤੱਕ ਮੈਕਸ ਤਾਂ ਦਿੱਤੀ ਉਹਨਾਂ ਦੇ ਮਾਣ ਸਨਮਾਨ ਅਸੀਂ ਕਰ ਰਹੇ ਹਾਂ ਤੇ ਵੀਰ ਬਣ ਕੇ ਜਿਸ ਤਰ੍ਹਾਂ ਵੀ ਅਸੀਂ ਨਾ ਬੋਲਦੇ ਹਾਂ ਆਪੋ ਆਪਣੇ ਆ ਕੇ ਮਾਣ ਸਨਮਾਨ ਲੈ ਲਓ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਕਬੱਡੀ ਦੇ ਮੁਕਾਬਲੇ ਦੇਖਣੇ ਆ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਵਿੰਦਰ ਸਿੰਘ ਜੀ ਬੱਬੂ ਸਨ ਆਫ ਗੁਰਦਿਆਲ ਸਿੰਘ ਜੀ ਇਹ ਆ ਕੇ ਆਪਣਾ ਮਾਣ ਸਨਮਾਨ ਲੈ ਲਓ ਜੀ ਉਸ ਤੋਂ ਅੱਗੇ ਜਸਵੀਰ ਸਿੰਘ ਜੀ ਰਾਧਾ ਪ੍ਰਧਾਨ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਲਓ ਉਸ ਤੋਂ ਅੱਗੇ ਕੇਵਲ ਸਿੰਘ ਜੀ ਪ੍ਰਧਾਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਪਲੀਜ਼ ਬਾਈ ਕੇਵਲ ਜੀ ਆਪਣਾ ਮਾਣ ਸਨਮਾਨ ਲਓ ਜੀ ਉਸ ਤੋਂ ਅੱਗੇ ਦਰਸ਼ਕ ਸਿੰਘ ਜੀ ਮਾਸਟਰ ਜਗਿੰਦਰ ਸਿੰਘ ਜੀ ਨੰਬਰ 10 ਆ ਪਲੀਜ਼ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਲਓ ਜੀ ਸਰਦਾਰ ਹਰਦੇਸ਼ ਸਿੰਘ ਜੀ ਚੰਦ ਪ੍ਰਾਣਾ ਉਹਨਾਂ ਦਾ ਵੀ ਮਾਣ ਸਨਮਾਨ ਬਾਈ ਜੀ ਕੀਤਾ ਜਾ ਰਿਹਾ ਉਸ ਤੋਂ ਅੱਗੇ ਅਮਨ ਬਰਾੜ ਲੰਘਿਆਂ ਉਹ ਵੀ ਜਿੱਥੇ ਵਾਸ ਸੌਂਦੇ ਨੇ ਆ ਕੇ ਆਪਣਾ ਮਾਣ ਸਨਮਾਨ ਲਓ ਥਾਣਾ ਸਿੰਘ ਜੀ ਸਨ ਆਫ ਗੁਰਦੇਵ ਸਿੰਘ ਜੀ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਲਓ ਅਮਰੀਕ ਸਿੰਘ ਸਨ ਆਫ ਲੇਖਾ ਰਾਮ ਜੀ ਉਹ ਵੀ ਜਿੱਥੇ ਮੇਰੀ ਆਵਾਜ਼ ਸੌਂਦੇ ਨੇ ਆਪਣਾ ਮਾਣ ਸਨਮਾਨ ਆ ਕੇ ਸਟੇਜ ਤੋਂ ਲੈ ਲਓ ਚੰਦ ਸਿੰਘ ਜੀ ਪਟਵਾਰੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕੇ ਜੀ ਆਪਣਾ ਮਾਣ ਸਨਮਾਨ ਜਿਹੜਾ ਸਟੇਜ ਤੋਂ ਲਓ ਸਾਡੇ ਵੀਰ ਕਰ ਰਹੇ ਨੇ ਮਾਣ ਸਨਮਾਨ ਉਸ ਤੋਂ ਅੱਗੇ ਕਾਹਨ ਦਾਸ ਮਹੰਤ ਉਹ ਵੀ ਪਲੀਜ਼ ਆ ਕੇ ਆਪਣਾ ਮਾਣ ਸਨਮਾਨ ਲਓ ਕਰਮਜੀਤ ਸਿੰਘ ਜੀ ਮਿਸਤਰੀ ਸਨ ਆਫ ਜਰਨੈਲ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਆ ਕੇ ਵੀਰ ਜੀ ਆਪਣਾ ਮਾਣ ਸਨਮਾਨ ਜਿਹੜਾ ਸਟੇਜ ਤੋਂ ਪ੍ਰਾਪਤ ਕਰੋ ਉਸ ਤੋਂ ਅੱਗੇ ਰਿਸ਼ਪਾਲ ਸਿੰਘ ਜੀ ਸਨ ਆਫ ਮੇਜਰ ਸਿੰਘ ਜੀ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਲੈ ਲੈਣ ਆਪਾਂ ਵੀਰੇ ਫੈਸਲਾ ਦੱਸ ਦਈਏ ਪੁਆਇੰਟ ਆ ਜੀ ਜਿਹੜੇ ਮੱਝੂ ਕਹਿੰਦੇ ਹੈਗੇ ਆ 14 ਔਰ ਚੰਡਸਰ ਸਹੌਰ ਦੇ ਹੈਗੇ ਆ ਜੀ 20.5 14 20.5 ਦੇ ਮੁਕਾਬਲੇ ਚੰਡਸਰ ਸਹੌਰ ਜੇਤੂ ਆ ਬਾਈ ਤਾੜੀ ਮਾਰ ਦਿਓ ਜੇ ਮੈਚ ਵਧੀਆ ਲੱਗਿਆ ਸ਼ਾਬਾਸ਼ ਜਾਉਂਦੇ ਰਹੋ ਆਓ ਕਿਹਾ ਬਾਈ ਧੰਨਾ ਸ਼ੀਤ ਤੇ ਧੱਲੇ ਕੇ ਬਾਈ ਬਖਤੋਰੇ ਕੀ ਕਹਿੰਦੇ ਆ ਯਾਰ ਇਹ ਹੁਣ ਭਗਵਾਨ ਦਾਸ ਲੰਡੇ ਤੇ ਖਖਰਾਣਾ ਕਿੱਥੇ ਆ ਬਾਈ ਜੇ ਰੱਜੀ ਵਾਲਾ ਤੇ ਉਸ ਤੋਂ ਅੱਗੇ ਸਰਦਾਰ ਮੱਘਰ ਸਿੰਘ ਜੀ ਡਰਾਈਵਰ ਪਲੀਜ਼ ਉਹ ਆ ਕੇ ਆਪਣਾ ਮਾਣ ਸਨਮਾਨ ਲੈ ਲਓ ਵੀਰ ਜੀ ਸਟੇਜ ਦੇ ਉੱਤੋਂ ਉਸ ਤੋਂ ਅੱਗੇ ਲਖਵਿੰਦਰ ਸਿੰਘ ਜੀ ਕਾਲਾ ਡੀਪ ਹੋਲਡਰ ਵਾਲੇ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਲਓ ਖੁਖਰਾਣਾ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੇ
गुरजीत क्लब चंदनवा ते बघेले वाला रज्जी वाला ते खोसा रणधीर और अगे डेमरू ते खोसा रणधीर भी आओ भाई यार स्वर्गवासी सरदार बलदेव सिंह जी सानब वरियाप सिंह जी उन्होंने बेनती करते हैं कि उन्होंने परिवार का कोई भी मैंबर इतने हो अपना मान सम्मान लो जी प्रताप सिंह जी भागा भी आके अपना मान सम्मान लो दलजीत सिंह जी सानब रौलदू सिंह वह भी आके अपना मान सम्मान लो हाँ जी भाई चैने बुलाला टीम आ भी भगवान दास क्लब लंडे से खुखराना यार दसो जे कि आना कि नहीं आना यार तुम खराब करी जाने साडे काम नू नाल ही आओ भाई गुरजीत क्लब चांदनवा ते भगेले वाला रज्जी वाला ते खोसा रणधीर ना ही भाई कोई मैच अगे पिछे होना चाहे पिंड दी टीम ते बाहरली साडे क्लब ने फैसला कीता कोई मैच अगे पिछे नहीं होना भाई ना चाहे आंढ गुआंढ कोई मैं मैच भाई लेट नहीं कर सकता मेरे को ना ही आयो सो नाल ही डेवरू ते खोसा रणधीर नथो के ते गुरबख्श क्लब लंगियाणा इह भी आ जाओ कि सारे आ जाओ जिन्नियां टीमां दे मैं दसां टीमां दे नाम बोले आ कदों के बोली जाने यार तुम अजे कि नेड़े तेड़े दसते भी है नहीं तुम फोन से टीम एंटर करा दें फिरते कितने होंगे हो इतने साढ़े अर का वाचा मारी जाता खुखराणा ते बाबा भगवान दास क्लब लंडे